ਕੈਨੇਡਾ ਚ ਪੰਜਾਬੀ ਵਿਦਿਆਰਥੀ ਨਾਲ ਕਾਲਜਿਸਟਸ ਨੇ ਇੱਕ ਵਾਰ ਫਿਰ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ ਬ੍ਰੈਂਟਨ ਚ ਸੈਂਟ ਕਲੀਅਰ ਕਾਲਜ ਚ ਪੜ੍ਹਦੇ ਵਿਦਿਆਰਥੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰੋਸ ਚਾਹੇ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਧਰਨਾ ਲਗਾ ਦਿੱਤਾ ਤਾਂ ਸੇਕ ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਨੇ ਕਿ ਉਹਨਾਂ ਦੇ ਵਿਆਪਕਾਂ ਨੇ ਉਹਨਾਂ ਨੂੰ ਸਮੈਸਟਰ ਦੇ ਸ਼ੁਰੂਆਤ ਚ ਹੀ ਕਿਹਾ ਸੀ ਤੁਸੀਂ ਕੁਝ ਵੀ ਕਰ ਲੋ ਤੁਹਾਨੂੰ ਪੇਪਰ ਦੁਆਰਾ ਦੇਣੇ ਪੈਣਗੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਵਾਲੇ ਪੈਸੇ ਬਣਾਉਣ ਦੇ ਚੱਕਰ ਚ ਸਾਨੂੰ ਫੇਲ ਕਰ ਰਹੇ ਨੇ ਤਾਂ ਜੋ ਅਸੀਂ ਦੁਬਾਰਾ ਪੇਪਰ ਭਰੀਏ ਤਾਂ ਉਹਨਾਂ ਕਰੋ ਇਸ ਮਾਮਲੇ ਬਾਰੇ ਤੇ ਆਪਕਰ ਨਾਲ ਗੱਲ ਕਰਦੇ ਨੇ ਤਾਂ ਉਹ ਕਹਿ ਦਿੰਦੇ ਨੇ ਕਿ ਤੁਹਾਡਾ ਕੋਈ ਰਾਈਟ ਨਹੀਂ ਹੈ ਤੁਸੀਂ ਅਧਿਆਪਕ ਨੂੰ ਸਵਾਲ ਕਰੋ ਦੱਸ ਦੇ ਕਿ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬੀ ਵਿਦਿਆਰਥੀਆਂ ਨੇ ਕਾਲਜਿਸ ਨੇ ਇਸ ਤਰ੍ਹਾਂ ਧੱਕਾ ਕੀਤਾ ਸੀ ਤੇ ਵਿਦਿਆਰਥੀਆਂ ਨੇ ਧਰਨੇ ਦਿੱਤੇ ਸੀ ਜਿਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਤੇ ਧਿਆਨ ਦੇਣ ਦੀ ਗੱਲ ਕਹੀ ਸੀ ਤੇ ਹੁਣ ਇੱਕ ਵਾਰ ਫਿਰ ਪੰਜਾਬੀ ਵਿਦਿਆਰਥੀਆਂ ਨਾਲ ਕੈਨੇਡਾ 'ਚ ਧੱਕਾ ਹੋ ਰਿਹਾ ਹੈ ਕਾਲਜ ਵੱਲੋਂ ਬਿਨਾਂ ਕਿਸੇ ਕਾਰਨ ਬੱਚਿਆਂ ਨੂੰ ਫੇਲ ਕੀਤਾ ਜਾ ਰਿਹਾ ਹੈ ਵਿਦਿਆਰਥੀ ਕਾਲਜ ਦੇ ਬਾਹਰ ਧਰਨਾ ਦੇ ਰਹੇ ਨੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਕੈਨੇਡਾ 'ਚ ਪੰਜਾਬੀ ਵਿਦਿਆਰਥੀ ਨਾਲ ਕਾਲਜਿਸ ਨੇ ਸ਼ੁਰੂ ਕਰ ਦਿੱਤਾ ਬ੍ਰੈਂਟਨ ਚ ਸੈਂਟ ਕਲੀਅਰ ਕਾਲਜ ਚ ਪੜ੍ਹਦੇ ਵਿਦਿਆਰਥੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰੋਸ ਚ ਆਏ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਧਰਨਾ ਲਗਾ ਦਿੱਤਾ ਦੱਸਿਆ ਕਿ ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਨੇ ਕਿ ਉਹਨਾਂ ਦੇ ਅਧਿਆਪਕਾਂ ਨੇ ਉਹਨਾਂ ਨੂੰ ਸਮੈਸਟਰ ਦੀ ਸ਼ੁਰੂਆਤ ਚ ਹੀ ਕਿਹਾ ਸੀ ਤੁਸੀਂ ਕੁਝ ਵੀ ਕਰ ਲਓ ਤੁਹਾਨੂੰ ਪੇਪਰ ਦੁਆਰਾ ਦੇਣੇ ਪੈਣਗੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਵਾਲੇ ਪੈਸੇ ਬਣਾਉਣ ਦੇ ਚੱਕਰ ਚ ਸਾਨੂੰ ਫੇਲ ਕਰ ਰਹੇ ਨੇ ਤਾਂ ਜੋ ਅਸੀਂ ਦੁਬਾਰਾ ਪੇਪਰ ਭਰੀਏ ਤਾਂ ਉਹਨਾਂ ਨੂੰ ਪੈਸੇ ਮਿਲਣ ਅੱਗੇ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਉਹ ਇਸ ਮਾਮਲੇ ਬਾਰੇ ਅਧਿਆ ਕੋਈ ਰਾਈਟ ਨਹੀਂ ਹੈ ਤੁਸੀਂ ਵਿਆਪਕ ਨੂੰ ਸਵਾਲ ਕਰੋ ਦੱਸ ਦੇ ਕਿ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬੀ ਵਿਦਿਆਰਥੀਆਂ ਨੇ ਕਾਲਜਿਸ ਨੇ ਇਸ ਤਰ੍ਹਾਂ ਧੱਕਾ ਕੀਤਾ ਸੀ ਤੇ ਵਿਦਿਆਰਥੀਆਂ ਨੇ ਧਰਨਾ ਦਿੱਤੇ ਸੀ ਜਿਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਤੇ ਧਿਆਨ ਦੇਣ ਦੀ ਗੱਲ ਕਹੀ ਸੀ ਤੇ ਹੁਣ ਇੱਕ ਵਾਰ ਫਿਰ ਪੰਜਾਬੀ ਵਿਦਿਆਰਥੀਆਂ ਨਾਲ ਕੈਨੇਡਾ ਚ ਧੱਕਾ ਹੋ ਰਿਹਾ ਹੈ ਕਾਲਜ ਵੱਲੋਂ ਬਿਨਾਂ ਕਿਸੇ ਕਾਰਨ ਬੱਚਿਆਂ ਨੂੰ ਫੇਲ ਕੀਤਾ ਜਾ ਰਿਹਾ ਹੈ ਵਿਦਿਆਰਥੀ ਕਾਲਜ ਦੇ ਬਾਹਰ ਧਰਨਾ ਦੇ ਰਹੇ ਨੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ